ਇਹਨਾਂ ਅੱਖਾਂ ਨੂੰ ਪਿਆਰ ਹੀ ਦਿਸਦਾ, ਵਿਰੋਧ ਦਿਸਦਾ ਨਹੀਂ। ਇਹਨਾਂ ਅੱਖਾਂ ਨੂੰ ਨਫ਼ਰਤ ਦਿਸਦੀ ਨਹੀਂ, ਮੁਹੱਬਤ ਹੀ ਦਿਸਦੀ ਹੈ। ਆਹ ਤੁਹਾਡੇ ਸਾਹਮਣੇ ਕਿੰਨੇ ਨਜ਼ਾਰੇ ਲੈ ਰਹੇ ਸੀ ਲੋਕ, ਬਸ ਉਹ ਹੀ ਦਿਸਦਾ ਆਪਾਂ ਨੂੰ, ਹੋਰ ਕੁਛ ਨਹੀਂ ਦਿਸਦਾ। ਗੁੱਡ ਲੱਕ ਟੂ ਹਿਮ, ਮੈਂ ਸ਼ੁਭਕਾਮਨਾਵਾਂ ਦਿੰਦਾ। ਹਾਂਜੀ, ਜਿੱਤ ਮੁਹੱਬਤ ਦੀ ਹੁੰਦੀ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਜਿੱਤ ਮੁਹੱਬਤ ਦੀ ਹੁੰਦੀ ਹੈ ਹਮੇਸ਼ਾ, ਪਿਆਰ ਦਾ ਦਾਮਨ ਨਾ ਛੱਡੋ। ਸਾਡੇ ਗੁਰੂ ਪੀਰਾਂ ਦੀ ਇਹ ਧਰਤੀ ਹੈ ਪੰਜ ਦਰਿਆਵਾਂ ਦੀ, ਉਹਦੇ ਵਿੱਚ ਉਹਨਾਂ ਨੇ ਪਿਆਰ ਹੀ ਕੀਤਾ, ਜ਼ਾਲਮ ਨੂੰ ਵੀ ਮੁੜ ਕੇ ਰੀਯੂਨੀਅਨ ਕੀਤੀ, ਗੱਲਬਾਤ ਕੀਤੀ। ਇਹ ਤਾਂ ਆਪਣੇ ਭੈਣ ਭਾਈ ਹੈ, ਕਾਹਦਾ ਉੱਥੇ ਵਿਰੋਧ ਹੈ? ਕੋਈ ਗੱਲ ਨਹੀਂ, ਗੈਰਤਮੰਦ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਆ, ਉਹ ਕੋਈ ਪਰਸਨਲ ਅਟੈਕ ਤਾਂ ਨਹੀਂ ਕਰ ਰਹੇ, ਕੋਈ ਗੱਲ ਨਹੀਂ। ਹਾਂਜੀ, ਨਹੀਂ ਨਹੀਂ, ਬੀਜੇਪੀ ਹੀ ਕਿਸਮਤ ਸਵਾਰੇਗੀ ਕਿਸਾਨਾਂ ਦੀ, ਬਾਕੀਆਂ ਨੇ ਸਾਰਿਆਂ ਨੇ ਐਕਸਪਲੋਇਟ ਕੀਤਾ। ਤੁਸੀਂ ਆਪਣੇ ਭਰਾ ਨੂੰ ਮੌਕਾ ਦਿਓ, ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪਿਆ ਕਰੇਗੀ ਬਾਰਡਰਾਂ 'ਤੇ ਅਤੇ ਲਾਈਨਾਂ 'ਤੇ ਖੜ੍ਹੇ ਹੋਣ ਦੀ, ਮੈਂ ਤੁਹਾਡਾ ਵਕੀਲ ਬਣੂੰਗਾ। ਲੇਕਿਨ ਜੇ ਧੱਕੇ ਨਾਲ ਬੱਚਿਆਂ ਨੂੰ, ਬਜ਼ੁਰਗਾਂ ਨੂੰ ਉੱਥੇ ਹਰ ਮੌਸਮ ਨਾਲ ਲੜਾਉਣਾ, ਅਤੇ ਮੈਂ ਗਰੀਬ ਕੀ ਕਰ ਸਕਦਾ? ਉਹ ਪਹਿਲੇ ਅੰਦੋਲਨ 'ਚ ਵੀ ਇੱਦਾਂ ਤਰਲੇ ਲੈਂਦਾ ਰਿਹਾ। ਮੈਂ ਤਾਂ ਭਾਈ ਘਨੱਈਏ ਨੂੰ ਮੰਨਣ ਵਾਲਾ ਨਾ ਬੰਦਾ, ਮੇਰਾ ਤਾਂ ਕੋਈ ਦੁਸ਼ਮਣ ਨਹੀਂ ਗਾ। ਉਸ ਤੰਬੂ 'ਚ ਬਹਿ ਕੇ ਵੀ ਇਹਨਾਂ ਦੀਆਂ ਗੱਲਾਂ ਕਰਦਾ ਰਿਹਾ, ਪਾਰਲੀਮੈਂਟ 'ਚ ਵੀ ਇਹਨਾਂ ਦੀਆਂ ਗੱਲਾਂ, ਪਾਣੀ ਬਚਾ ਮੇਰਾ, ਮੇਰੀ ਜਵਾਨੀ ਬਚਾ। ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਪਾਰਲੀਮੈਂਟ 'ਚ ਜੋ ਮੈਂ ਬੋਲਦਾ ਸੁਣਿਆ ਤਾਂ ਕਰੋ। ਸੂਫੀਆਂ ਦੀਆਂ ਗੱਲਾਂ ਕੀਤੀਆਂ, ਮੁਹੱਬਤ ਦੀਆਂ। ਜਦੋਂ ਮੈਂ ਬੋਲਦਾ ਸੀ, ਅਪੋਜੀਸ਼ਨ ਵੀ ਸਾਰੀ ਖੜੀ ਹੋ ਕੇ ਤਾੜੀਆਂ ਮਾਰਦੀ ਸੀ। ਉਹ ਮੈਂ ਆਪਣੇ ਘਰ ਆਇਆ, ਜੇ ਵੈਲਕਮ ਨਹੀਂ ਕਹਿ ਸਕਦੇ ਘਰ ਆਏ ਨੂੰ, ਤਾਂ ਝੋਲੀ 'ਚ ਸਿਰ ਵੀ ਪਾ ਦਿੰਦੇ ਆ ਸਿੰਘ, ਇਹ ਕਿਰਦਾਰ ਥੋੜ੍ਹੀ। ਕਿਉਂ ਕੋਈ ਠੇਕਾ ਲਿਆ ਹਰ ਜਗ੍ਹਾ ਦਾ? ਮੇਰਾ ਪੂਰਾ ਪੰਜਾਬ ਹੈ, ਮੈਂ ਪੰਜਾਬ 'ਚ ਗਾਉਂਦਾ ਰਿਹਾ। ਮੈਂ ਇਕੱਲੇ ਜਲੰਧਰ ਹੀ ਥੋੜ੍ਹੀ ਖਾੜੇ ਲਾਉਂਦਾ ਸੀ, ਹੁਸ਼ਿਆਰਪੁਰ ਹੀ ਥੋੜ੍ਹੀ ਲਾਉਂਦਾ, ਪੂਰੀ ਦੁਨੀਆ ਦਾ ਮੈਂ ਬੰਦਾ ਹੈ। ਮੈਂ ਇੱਕ ਦਾਇਰੇ 'ਚ ਮਹਿਦੂਦ ਨਹੀਂ ਰਹਿ ਸਕਦਾ। ਜਿੱਥੇ ਭੇਜੇ ਮੇਰਾ ਹਾਈ ਕਮਾਂਡ, ਉੱਥੇ ਕੋਈ ਹੀਲ ਹੁੱਜਤ ਨਹੀਂ। ਜਾ ਕੇ ਸਿਪਾਹੀ ਦੀ ਤਰ੍ਹਾਂ, ਇੱਕ ਵਰਕਰ ਦੀ ਤਰ੍ਹਾਂ, ਇੱਕ ਅਦਨੇ ਜਿਹੇ ਸੇਵਾਦਾਰ ਦੀ ਤਰ੍ਹਾਂ ਕੰਮ ਸਟਾਰਟ ਕਰਨਾ। ਮੇਰੇ ਸਮਕਾਲੀ ਨੀ, ਮੇਰੇ ਤੋਂ ਮੇਰੇ ਲਈ ਪੂਜਣ ਦੀ ਜਗ੍ਹਾ ਆ, ਵੱਡੇ ਨੇ ਉਹ, ਬਹੁਤ ਵੱਡੇ ਆ। ਆਪਾਂ ਜਦੋਂ ਜੰਮੇ ਵੀ ਨਹੀਂ ਸੀ ਉਦੋਂ ਉਹਨਾਂ ਦੇ ਅਖਾੜੇ ਮਸ਼ਹੂਰ ਸੀ, ਇਸ ਕਰਕੇ ਸਤਿਕਾਰ ਦੇ ਪਾਤਰ ਆ। ਕਾਰਜਕਾਰੀ ਲੋਕਾਂ ਨੇ ਦੇਖਣੀ, ਮੈਂ ਤਾਂ ਨਹੀਂ ਚੈੱਕ ਕੀਤੀ। ਸਿਟਿੰਗ MP ਤੁਹਾਡਾ ਆ, ਲੋਕਾਂ ਦਾ, ਇਹ ਦੇਖੋ ਕਿੱਦਾਂ ਦੀ ਉਹਨਾਂ ਦੀ ਪਰਫਾਰਮੈਂਸ ਹੈ। ਐਜ ਅ ਸੀਨੀਅਰ ਮੈਂ ਉਹਨਾਂ ਨੂੰ ਜਿੱਥੇ ਮਿਲਣਗੇ ਉਹਨਾਂ ਨੂੰ ਮੈਂ ਉਹਨਾਂ ਦੇ ਮੱਥੇ ਟੇਕਾਂਗਾ, ਪਿਆਰ ਨਾਲ ਮਿਲਾਂਗਾ, ਸਤਿਕਾਰ ਨਾਲ ਮਿਲਾਂਗਾ। ਗਠਬੰਧਨ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਦੁਬਾਰਾ ਫਿਰ ਗੱਲ ਚੱਲੀ ਹੈ ਵੀ ਅਕਾਲੀ ਦਲ ਬੀਜੇਪੀ ਦਾ ਗਠਬੰਧਨ ਹੋਣਾ ਚਾਹੀਦਾ, ਇਹਦੇ ਬਾਰੇ ਤੁਹਾਡਾ ਕੁਝ ਸਲਾਹ? ਅੱਛਾ, ਮੈਂ ਤਾਂ ਕਹਿੰਦਾ ਮਿਲ ਜਾਣ ਵਧੀਆ ਗੱਲ, ਅਸੀਂ ਤਾਂ ਜੋੜਨ ਵਾਲੇ ਬੰਦੇ ਹਾਂ, ਵਿਛੋੜਨ ਵਾਲੇ ਬੰਦੇ। ਪਰ ਤੁਸੀਂ ਇੱਕ ਵਾਰ ਬਿਆਨ ਦਿੱਤਾ ਸੀ ਵੀ ਅਕਾਲੀਆਂ ਨੇ ਤੌਬਾ ਕਰਾ ਦਿੱਤੀ ਤੁਹਾਡੀ ਸਿਆਸਤ ਤੋਂ, ਤੁਸੀਂ ਫਿਰ ਵੀ ਕਹਿੰਦੇ ਵੀ ਗਠਬੰਧਨ ਹੋਵੇ? ਨਹੀਂ, ਉਹ ਤਾਂ ਫਰਸਟ੍ਰੇਸ਼ਨ ਜੀ ਹੋ ਗਈ ਸੀ। ਹਾਂ, ਮੈਂ ਇਨਸਾਨ ਹੀ ਹਾਂ,
ਐਵੇਂ ਘਬਰਾ ਗਿਆ ਜਿੱਤ ਕੇ ਹਾਰ ਕੇ ਜਲੰਧਰੋਂ। ਉਹ ਫਿਰ ਬਾਅਦ ਚ ਪਤਾ ਲੱਗਾ ਬੜੇ ਬਾਦਸ਼ਾਹ ਹਾਰਦੇ ਵੀ ਰਹੇ, ਜੰਗਾਂ ਜਿੱਤਦੇ ਵੀ ਰਹੇ, ਮੈਂ ਤੂੰ 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 ਬੰਦਿਆ ਕਿਹੜੇ ਬਾਗ ਦੀ ਮਾਲੀ ਆ। ਜਦੋਂ ਫਿਰ ਇਹ ਸੋਚ ਆਈ ਕਿ ਸਾਰੇ ਹਿੰਦੁਸਤਾਨ ਤੋਂ ਸਭ ਤੋਂ ਵੱਡੇ ਫਰਕ ਨਾਲ ਜਿੱਤਿਆ ਵੀ ਤੇ ਮੈਂ ਹੀ ਹਾਂ, ਪਰ ਪਹਿਲਾਂ ਹੰਕਾਰ ਦੇ ਡੱਕਰੇ ਡੱਕਰੇ ਉਹ ਬਾਲਕ ਕਰਦਾ। ਉਹ ਕਹਿੰਦਾ ਤੂੰ ਇਹਨਾਂ ਨਾਲ ਤੇਰੇ ਚ ਸ਼ੋਹਰਤ ਬੜੀ ਆ, ਦੌਲਤ ਬੜੀ ਆ, ਦੇਖ ਲਾ ਫਿਰ। ਫਿਰ ਉਦੋਂ ਉਹ ਨਹੀਂ ਹੁੰਦਾ, ਜਦੋਂ ਮੈਂ ਬਿਲਕੁਲ ਬੇਵੱਸ ਹੋ ਗਿਆ ਤੇ ਮੇਰੇ ਰੱਬ ਨੇ ਮੇਰੇ ਤੇ ਤਰਸ ਕੀਤਾ ਤੇ ਦੇਖ ਲਓ ਫਿਰ ਉਹ ਵੀ ਰਿਕਾਰਡ ਬਣਿਆ। ਇਹ ਉਹ ਜਾਣਨ ਗਠਬੰਧਨ ਤੋੜਨ ਵਾਲੇ ਜਾਂ ਲੜਨ ਵਾਲੇ, ਸਾਨੂੰ ਜੋ ਹੁਕਮ ਲਾਉਣਗੇ ਅਸੀਂ ਹੋਕਾ ਦੇਈ ਜਾਣਾ। ਰੌਲਾ ਨਹੀਂ, ਵੋਟਾਂ ਲੈਣੀ ਆਏ ਹੋਰ ਅਸੀਂ ਕੀ ਲੈਣਾ। ਨਹੀਂ ਭਰਾ ਮਿਲਦੇ ਨੇ, 9 ਮਾਸ ਦਾ ਰਿਸ਼ਤਾ ਆ, ਹਿੰਦੂ ਸਿੱਖ ਈਸਾਈ ਮੁਸਲਿਮ ਸਾਰੇ ਇੱਕ ਹੀ ਆਪਾਂ, ਜਦੋਂ ਇਕੱਠੇ ਹੁੰਦੇ ਉਦੋਂ ਤਾਂ ਪਾਵਰ ਵੱਧਦੀ ਆ ਬ੍ਰਦਰ। ਮੈਂ ਗਠਬੰਧਨ ਹੋਵੇ ਤੇ ਉਹਦਾ ਪਾਵਰ ਤਾਂ ਵੱਧਦੀ ਆ ਬੰਦੇ। ਤੁਸੀਂ ਕੁਛ ਐਨਾਲਾਈਜ਼ ਕੀਤਾ ਵੀ ਗਠਬੰਧਨ ਕਿਉਂ ਨਹੀਂ ਹੋਇਆ, ਕੀ ਬੀਜੇਪੀ ਵੱਡਾ ਭਰਾ ਬਣਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ? ਮੈਂ ਪਹਿਲੇ ਐਨਾਲਾਈਜ਼ ਨਹੀਂ ਕਰਦਾ ਹੁੰਦਾ, ਮੈਂ ਕਹਿੰਦਾ ਹੁੰਦਾ ਇਹ ਸੱਚਾ ਪਾਤਸ਼ਾਹ ਵਿਛੜਿਆਂ ਨੂੰ ਮਿਲਦੇ, ਜੇ ਨਹੀਂ ਮਿਲਦਾ ਤਾਂ ਉਹਦੇ 'ਚ ਕੋਈ ਰਮਜ਼ ਹੋਏਗੀ ਉਹਦੀ? ਹੋ ਸਕਦਾ ਇਹ ਬੀਜੇਪੀ ਨੇ ਝੰਡੇ ਗੱਡਣੇ ਹੋਣ ਇੱਥੇ ਮਾਲਵੇ 'ਚ, ਕੀ ਪਤਾ। ਬੀਜੇਪੀ ਜਿੱਦਣ ਆ ਗਈ ਨਾ ਪੰਜਾਬ 'ਚ ਭਾਈ ਸਾਹਿਬ, ਇਹ ਜ਼ਰਖੇਜ਼ ਧਰਤੀ ਹੋ ਜਾਏਗੀ। ਥੋੜ੍ਹਾ ਜਿਹਾ ਇੱਦਾਂ ਨਜ਼ਰਾਂ ਸਾਫ਼ ਕਰਕੇ ਦੇਖੋ।